ਇਹ ਗੱਲ ਆਪਣੇ ਆਪ 'ਚ ਬਹੁਤ ਜ਼ਿਆਦਾ ਘਾਤਕ ਅਤੇ ਖਤਰਨਾਕ ਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਆ ਉਸ ਮਾਡਲ ਨੂੰ ਚੰਦ ਪੈਸਿਆਂ ਲਈ ਕੁਛ ਪੈਸਿਆਂ ਲਈ ਇੰਡੀਅਨ ਸਟੇਟ ਨੇ ਨਿਲਾਮੀ 'ਤੇ ਲਾ ਦਿੱਤਾ ਹੈ। ਇਹਨਾਂ ਨੂੰ ਇਸ ਗੱਲ ਦਾ ਪਤਾ ਆ ਕਿ ਦਰਬਾਰ ਸਾਹਿਬ ਦਾ ਮਾਡਲ ਨੂੰ ਜਦੋਂ ਨਿਲਾਮੀ 'ਤੇ ਲਾਇਆ ਤਾਂ ਸਿੱਖਾਂ ਦੇ ਵੱਡੇ ਹਿੱਸੇ ਨੇ ਉੱਤੇ ਬੋਲੀ ਲਾਉਣੀ ਆ। ਇਹ ਬੜੇ ਦਿਮਾਗ ਨਾਲ ਗੱਲ ਕੀਤੀ ਗਈ ਆ ਕਿ ਇਸ ਇਸ਼ੂ ਨੂੰ ਲੋਕ ਕਿਵੇਂ ਉਠਾਉਣਗੇ, ਕਿਵੇਂ ਗੱਲ ਹੋਊਗੀ। ਇਹਦੇ ਪਿੱਛੇ ਬਹੁਤ ਖਤਰਨਾਕ ਗੱਲ ਆ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਆ ਇਹਨੂੰ ਨਿਲਾਮੀ ਦੇ ਉੱਤੇ ਲਾ ਕੇ ਇਹਦੀ 1,51,000 ਰੁਪਇਆ ਸ਼ੁਰੂਆਤੀ ਜਿਹੜੀ ਆ ਉਹ ਇਹ ਤਾਂ ਕੀਮਤ ਕਹਿੰਦੇ ਨੇ ਅਸੀਂ ਤਾਂ ਉਹਦੀ ਭੇਟਾ ਰੱਖੀ ਗਈ ਆ। ਪਰ ਜੇ ਇਹ ਗੱਲ ਨਹੀਂ ਕਰਦੇ, ਵੇਖੋ ਮੈਂ ਇਕੱਲਾ ਜਾਣਾ ਇਸ ਗੱਲ 'ਤੇ ਬਹੁਤ ਰੌਲਾ ਪਾਉਂਦਾ ਅਤੇ ਆਪਾਂ ਨੂੰ ਸਾਰਿਆਂ ਜਣਿਆਂ ਨੂੰ ਲੋੜ ਆ ਇਸ ਗੱਲ ਦੀ। ਜੇ ਇਸ ਗੱਲ 'ਤੇ ਨਹੀਂ ਕਰਦੇ, ਬੈਕ ਸਟੈਪ ਨਹੀਂ ਹੁੰਦੇ ਹੈਗੇ ਤਾਂ ਇਹਦੇ ਉੱਤੇ ਸਾਰੀ ਸਿੱਖ ਕੌਮ ਨੂੰ ਬਹੁਤ ਰੌਲਾ ਪਾਉਣਾ ਚਾਹੀਦਾ। ਤੁਹਾਡੇ ਜਿੰਨੇ ਵੀ ਸਾਡੇ ਬੱਚੇ ਨੇ, ਹਰ ਘਰ 'ਚ 2 ਬੱਚੇ ਨੇ, ਸਾਰਿਆਂ ਕੋਲ ਸੋਸ਼ਲ ਨੈੱਟਵਰਕ ਆ, ਇਹਦੀ ਇੰਨੀ ਜ਼ਿਆਦਾ ਤੁਸੀਂ ਹਨੇਰੀ ਲਿਆਓ। ਮੇਰੀ ਹੁਣ ਤੁਹਾਨੂੰ ਇਹੀ ਬੇਨਤੀ ਆ ਕਿ ਸੋਸ਼ਲ ਨੈੱਟਵਰਕ ਨੇ ਹੀ ਤੁਹਾਡੀ ਇਹ ਚੀਜ਼ ਨੂੰ, ਸਟੇਟ ਨੂੰ ਬੈਕ ਸਟੈਪ ਕਰਨਾ ਹੈ। ਅਤੇ ਮੈਂ ਬਹੁਤ ਹੀ ਲੰਮੀ ਚੌੜੀ ਇਹ 'ਤੇ ਗੱਲ ਨਹੀਂ ਕਰਨੀ ਹੈਗੀ। SGPC ਜਿਹੜੀ ਆ, ਬੇਸ਼ੱਕ ਇੱਕ ਮੈਨੂੰ ਹੁਣ ਪਤਾ ਨਹੀਂ ਕਿ ਸਾਡੇ ਕੋਲ ਸਿਧਾਂਤ ਹੁੰਦੇ ਨੇ ਕਿ ਜਦੋਂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੋਈ ਸ਼ਖਸੀਅਤ ਆਉਂਦੀ ਆ ਤਾਂ ਉਹਨੂੰ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਉਹ ਭੇਟ ਕਰਦੇ ਨੇ। ਇਹ ਸ਼ੁਰੂ ਤੋਂ ਹੀ ਕਰਦੇ ਨੇ, ਹੁਣ ਇਹ ਅੱਗੇ ਜਾ ਕੇ ਇਹਦਾ ਕੀ ਰੂਪ ਲਊਗਾ। ਪਰ ਮੈਨੂੰ ਇਸ ਗੱਲ ਦੀ ਇਹਦਾ ਸਮਝ ਨਹੀਂ ਲੱਗੀ ਵੀ ਮੋਦੀ ਉਹਨਾਂ ਨੂੰ ਇਸ ਗੱਲ ਦਾ ਹੀ ਨਹੀਂ ਪਤਾ ਹੈਗਾ ਵੀ ਤੋਹਫੇ ਦਾ ਮਤਲਬ ਕੀ ਆ, ਵੀ ਭੇਟਾ ਜਿਹੜੀ ਚੀਜ਼ ਕੀਤੀ ਜਾਂਦੀ ਆ ਉਹਦੀ ਕੀਮਤ ਤਾਂ ਹੁੰਦੀ ਹੀ ਨਹੀਂ। ਕਿੰਨੇ ਕਿਹਾ ਕਿ ਉਹਦੀ ਕੀਮਤ ਹੁੰਦੀ ਆ, ਉਹਦੀ ਕੋਈ ਕੀਮਤ ਨਹੀਂ ਹੁੰਦੀ। ਜਿਹੜਾ ਸੱਚਖੰਡ ਦਾ ਮਾਡਲ ਆ ਉਹਦੀ ਕੋਈ ਕੀਮਤ ਨਹੀਂ ਹੋ ਸਕਦੀ। ਤੁਸੀਂ ਉਹਦੀ ਇਹ ਕੀਮਤ 1,51,000 ਕਿਵੇਂ ਤੈਅ ਕਰ ਲਈ? ਸਾਡੀਆਂ ਚੀਜ਼ਾਂ ਸਾਨੂੰ ਹੀ ਤੁਸੀਂ ਮਤਲਬ ਕਿ ਜਿਹੜਾ ਨੀਵਾਂ ਦਿਖਾਉਣਾ, ਸਾਡੇ 'ਤੇ ਹੀ ਵਾਰ ਕਰਨੇ ਨੇ ਸਾਰੇ। ਇਹ ਗੱਲ ਜਿਹੜੀ ਆ ਜਦੋਂ ਸਾਡੇ ਯੋਧਿਆਂ ਨੇ ਕੀਤੀ, ਇੱਥੇ ਦੀਪ ਸਿੱਧੂ ਨੇ ਕੀਤੀ, ਇੱਥੇ ਅੰਮ੍ਰਿਤ ਨੇ ਆ ਕੇ ਕੀਤੀ ਵੀ ਅਸੀਂ ਗੁਲਾਮੀ 'ਚ ਜਾ ਰਹੇ ਹਾਂ। ਵਾਕਈ ਆਹ ਜਿਹੜੀ ਸੱਟ ਆ ਇਹ ਬਿਲਕੁਲ, ਹਾਂਜੀ ਦੀਪਕ ਵੀਰੇ ਕਿਵੇਂ ਹੋ, ਠੀਕ ਹੋ? ਸਾਨੂੰ ਮਤਲਬ ਇਹ ਸੱਟ ਮਾਰੀ ਗਈ ਆ ਬਹੁਤ ਵੱਡੀ, ਅਤੇ ਇਹ ਸਾਡਾ ਖੂਨ ਜਿਹੜਾ ਚੈੱਕ ਕਰ ਰਹੇ ਨੇ ਵੀ ਤੁਹਾਡੇ 'ਚ ਕਿੰਨਾ ਖੂਨ ਆ, ਕਿੰਨਾ ਤੁਹਾਡੇ 'ਚ ਪਾਣੀ ਆ, ਕਿੰਨੀ ਤੁਸੀਂ ਗੱਲ ਕਰ ਸਕਦੇ ਹੋ, ਕਿੰਨਾ ਕੋਈ ਇਸ ਚੀਜ਼ ਨੂੰ ਸੀਰੀਅਸ ਲੈਂਦੇ ਹੋ। ਮੈਂ ਤੁਹਾਨੂੰ ਗੱਲ ਦੱਸਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਭਾਰਾਪੁਰ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਬੇਅਦਬੀਆਂ ਹੋ ਰਹੀਆਂ ਨੇ ਉਹ ਮੈਂ ਜਿੱਥੋਂ ਤੱਕ ਮੈਨੂੰ ਪਤਾ, ਚਲੋ ਇਹ 'ਤੇ ਕਿਤੇ ਬਾਅਦ 'ਚ ਗੱਲ ਕਰਾਂਗੇ। ਇਹ ਗੱਲ ਤਾਂ ਪੱਕੀ ਆ ਵੀ ਜਿੱਦਣ ਹੁਣ ਮੋੜਗੜ ਬੇਅਦਬੀ ਹੋਈ ਆ ਅਸੀਂ ਕੁਛ ਬੰਦੇ ਸੀਗੇ ਉੱਥੇ, ਭਾਈ ਸੁਖਜੀਤ ਸਿੰਘ ਖੋਸਾ, ਬਲਜਿੰਦਰ ਸਿੰਘ ਪਰਵਾਨਾ, ਭਾਈ ਅਮਰਜੀਤ ਸਿੰਘ ਕਣਕਵਾਲ, ਅਤੇ ਜਿਹੜੇ ਚਿਹਰਿਆਂ ਨੂੰ ਮੈਂ ਜਾਣਦਾ ਜਾਂ SGPC ਦੇ ਬੰਦੇ ਸੀਗੇ, ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਿਹੜੇ ਜਹਿਦਰ ਸਾਹਿਬ ਸੀਗੇ, 2 SGPC ਮੈਂਬਰ ਸੀ। ਇਸ ਤੋਂ ਇਲਾਵਾ ਪਿੰਡ ਦੇ ਕੁਛ ਬੰਦੇ ਹਨ। ਸਿੱਖਾਂ ਨੂੰ ਕੀ ਤੁਸੀਂ ਮੰਨਦੇ ਹੋ ਵੀ ਮੋੜਗੜ੍ਹ ਦੇ ਏਰੀਏ ਦੇ ਵਿੱਚ ਸਿੱਖ ਨਹੀਂ ਰਹਿੰਦੇ? ਸਿੱਖਾਂ ਦੇ ਮਨਾਂ 'ਚੋਂ ਸਰਕਾਰ ਕਾਮਯਾਬ ਹੋ ਗਈ, ਉਹਨਾਂ ਨੇ ਚੀਜ਼ ਖਤਮ ਕਰਤੀ ਹੈ ਵੀ ਗੁਰੂ ਗ੍ਰੰਥ ਸਾਹਿਬ ਉਹ ਤਾਂ ਹੁੰਦੀ ਰਹਿੰਦੀ ਆ, ਉਹ ਤਾਂ ਆਇਆ ਹੋਏ ਦਾ ਕੋਈ ਨਾ ਕੋਈ ਇਨਸਾਫ ਮਿਲਣਾ, ਨਾ ਮਿਲੇ ਇਨਸਾਫ ਤੁਹਾਡੀ ਪੀੜ ਤਾਂ ਨਹੀਂ ਖਤਮ ਹੋਣੀ ਚਾਹੀਦੀ ਨਾ, ਇਨਸਾਫ ਨਹੀਂ ਮਿਲਦਾ ਤਾਂ ਤੁਸੀਂ ਕਿਉਂ ਛੱਡ ਕੇ ਹੋਏ ਗੱਲ ਵੀ ਸਟੇਟ ਇਨਸਾਫ ਨਹੀਂ ਦਿੰਦੀ ਤਾਂ ਅਸੀਂ ਉਹਦੇ ਲਈ ਲੜ ਤਾਂ ਸਕਦੇ ਹਾਂ ਵੀ ਮਤਲਬ ਲੜਨਾ ਹਟ ਜਾਈਏ ਵੀ ਸਟੇਟ ਇਨਸਾਫ ਨਹੀਂ ਦਿੰਦੀ ਹੁਣ ਕੀ ਕਰੀਏ, ਫਿਰ ਅਗਲੇ ਹੀਲੇ ਵਰਤੋ, ਫਿਰ ਚੂੰਕਾਰ ਅੱਜ ਹਮਾ ਹੀਲੇ ਤੇ ਦਰ ਗੁਜਸਤ, ਫਿਰ ਉੱਥੇ ਆਓ ਜਿਹੜੇ ਹੀਲੇ ਤੁਸੀਂ ਵਰਤ ਰਹੇ ਹੋ ਜੋ ਮੁੱਕ ਰਹੇ ਨੇ ਤੇ ਫਿਰ ਉੱਥੇ ਆ ਜਾਓ। ਫਿਰ ਕਹਿੰਦੇ ਹੋ ਫਿਰ ਸਾਡੇ ਜਿਹੜਾ ਡੇਰਾਵਾਦ ਸਿਸਟਮ ਹੈ ਵਾਇਲੈਂਸ ਹੋ ਗਿਆ ਜੀ, ਮੌਬ ਲਿੰਚਿੰਗ ਹੋ ਗਈ ਜੀ, ਜੇ ਹੋ ਗਿਆ ਵੋ ਹੋ ਗਿਆ, ਵੱਡੀਆਂ ਵੱਡੀਆਂ ਗੱਲਾਂ। ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਘੱਟੋ ਘੱਟ 50 ਡੇਰੇ ਹੋਣੇ ਨੇ ਸਵਾਏ ਕਾਰਸੇ ਵਾਲੇ ਬਾਬਿਆਂ ਤੋਂ ਅਤੇ ਆਮ ਸਿੱਖਾਂ ਤੋਂ ਬਿਨਾਂ ਕੋਈ ਵੀ ਉੱਥੇ ਸੰਪਰਦਾ ਨਹੀਂ ਬੜੀ। ਪਟਿਆਲੇ ਦੇ ਵਿੱਚ ਹੀ ਕਿੰਨੇ ਡੇਰੇ ਨੇ ਮੈਂ ਤੁਹਾਨੂੰ ਗਿਣ ਕੇ ਦੱਸਦਾ ਕਿ ਘਨੜਕੀ ਵਾਲੇ ਦਾ ਡੇਰਾ ਆ ਜਿਹਨੇ ਅਵਾਰਡ ਦਿੱਤਾ ਸੀ ਵੀ ਪੰਜਾਬ ਦੀ ਧੀ ਜੀ ਸਿੱਖਾਂ ਦੀ, ਪਤਾ ਨਹੀਂ ਕੀ ਕੀ ਅਵਾਰਡ ਦਿੱਤਾ ਸੀ, ਉਹਦਾ ਡੇਰਾ ਆ। ਅਤੇ ਇੱਕ ਗਏ ਸੀਗੇ ਕਲਰ ਭੈਣੀ ਤੋਂ ਬਾਬਾ ਜੀ ਅਤੇ ਪਰਮਜੀਤ ਸਿੰਘ ਸਹੌਲੀ, ਮੈਂ 22 ਨੇ ਬੰਦਿਆਂ ਦਾ ਨਾਂ ਲਿਆ ਕੇ ਤੁਹਾਨੂੰ ਦੱਸਦਾ ਜਿਹੜੇ ਗਏ ਸੀ, ਅਤੇ ਜਸਵਿੰਦਰ ਸਿੰਘ ਰਾਜਪੁਰਾ, ਇਹ ਬਾਅਦ 'ਚ ਗਏ ਸੀਗੇ।
मैं हुण इह तुहानूं दसणा चाहुंदा कि पटियाले दे जिले दे विच जिहड़े कहिंदे ने वी गुरु ग्रंथ साहिब मतलब असीं ही प्रचारक हां, साडे बिना पत्ता नहीं हिलदा। लौरां दे विच डेरा है वड्डा, जिथे दो तीन अलग अलग बाबा नरेंद्र सिंह जी जिहड़े मुखी ने ट्रस्ट दे, ओह भोरे चो ही नहीं निकलते। उन्हें कभी भी किसी एहोजी एजिटेशन के तुसी फिर कीर्तन कर जाते हो लंबे लंबे उसे पाठ कहने भेटा लेंगे की करते हो यार डेर है भी किले जगह घेरी है पंथ का पैसा खा रहे हो क्यों नहीं आए उत्थे उत्थे जयदार बाबा कश्मीरा सिंह जी ने कोई नहीं आया क्यों नहीं आते जिथे गुरु ग्रंथ साहब की बेदबी होंगी उत्थे तुम आओ। मैं इस गल इस पास गल चली गई आप गल करनी सी मॉडल की दरबार साहब से भी जे तुहाडे कोल मैं देखदा कुछ साडे बंदे जिदा मैं दीपक नूं देख रहा उहदी आई डी चल रही जे तुसी इस गल ते जोर ला दो पूरा ते मैं दावे नाल कहिंदा वी बिलकुल कोई एक अद्धा होवे तां आपां कह नहीं सकदे बाकी इहनां दे पल्ले कुछ नहीं हैगा। मैं ये कहना भी तुसी नौजवान हो तुहानूं ये चीज़ां चलाउणियां आउंदियां ने बहुत बेहतर तुहाडी तुसी बहुत तेज लिखदे हो सारा कुछ करदे हो पर मैं कहना भी तुसी इस गल की मेरी हुण इन्नी बेनती है आपां लंबी नहीं गल जावांगे इहदी नेरी लिया दो भी ये गल गलत आ दरबार साहब के मॉडल अगे क्वेश्चन पा के हैशटैग इहदे चलाओ जिन्ना चला सकते हो लोगों के दुनिया के रौला पाओ रौला पाया ही अपनी गल सुनी जानी आ नहीं नहीं सुनी जानी किसी ने कुछ नहीं करना है इस गल नूं इत्थे ही रोकना चाहिए है ते अगे तो इन्हां नूं भी सोचना चाहिए आ कि जेडे लोगों को इस गल का पता ही नहीं है भी असी देश के बादशाह सानू किसी ने गुरु घर के कोई असीस बख्शिश की है तो नीलामी कर रहे हो नलज्जे तो तुम हो यार हुण ये गल का एस डी पी सोचना पेगा भी ये लोग इस गल नूं सोचण भी उत्थे ही भेटा दिती है जिन्हों घट्टो घट इस गल का पता तो हो दरबार साहब की आ इनी बेनतियां ने इनू सोशल नैटवर्क से तुसी कर सकते हो मेरे भरावो तुहाडा बहुत वड्डा योगदान रहा है किसानी संघर्ष दीप सिद्धू वेले अमृत वेले तुहाडा बहुत योगदान रहा है इस नेरी करके तुसी सारे बंदे नूं अगे लैके आंदा इस गल नूं प्लीज मेरी बेनती है इनू अगे लैके आओ इनी बेनतियां ने वाहिगुरू जी का खालसा वाहिगुरू जी की फतेह जी।